22 ਦਸੰਬਰ ਸਨ 1704 ਈਸਵੀ ਦੀ ਚਮਕੌਰ ਦੀ ਜੰਗ ਵੇਲੇ 40 ਸਿੰਘਾਂ ਦਾ ਜਦੋਂ 10 ਲੱਖ ਦੀ ਫੌਜ ਨਾਲ ਮੁਕਾਬਲਾ ਹੋਇਆ ਤਾਂ ਉਦੋਂ ਗੁਰੂ ਜੀ ਦੇ ਸਿੰਘਾਂ ਨੇ ਗੁਰੂ ਜੀ ਦੇ ਬੋਲ 1.25 ਲੱਖ ਸੇ ਏਕ ਲੜਾਉ ਦੇ ਬਚਨਾਂ ਨੂੰ ਸੱਚ ਕਰ ਦਿਖਾਇਆ ਸੀ। ਇੱਕ ਦਿਨ ਵਿੱਚ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ। ਮੁਗਲ ਸਿਪਾਹੀ ਗੜੀ ਦੇ ਬਾਹਰ ਪੱਕਾ ਡੇਰਾ ਲਾ ਕੇ ਬਹਿ ਗਏ ਸਨ। ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਗੜੀ ਵਿੱਚ ਰਾਸ਼ਨ ਮੁੱਕ ਗਿਆ ਤੇ ਘੋੜੇ ਵੀ ਭੁੱਖ ਨਾਲ ਬੇਹਾਲ ਸਨ। ਇਨ੍ਹਾਂ ਹਾਲਾਤਾਂ ਵਿੱਚ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਕਿਲ੍ਹਾ ਛੱਡ ਕੇ ਚਲੇ ਜਾਓ। ਕਿਵੇਂ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਪਹਿਨਾ ਕੇ ਆਪਣੀ ਥਾਂ 'ਤੇ ਬਿਰਾਜਮਾਨ ਕੀਤਾ ਤਾਂ ਕਿ ਮੁਗਲਾਂ ਦਾ ਭੁਲੇਖਾ ਬਣਿਆ ਰਹੇ ਕਿ ਗੁਰੂ ਜੀ ਕਿਲ੍ਹੇ ਵਿੱਚ ਹੀ ਹਨ। ਇਹ ਸਭ ਦਾ ਜ਼ਿਕਰ ਭਾਈ ਸੰਗਤ ਸਿੰਘ ਜੀ ਦੀ ਜੀਵਨੀ 'ਤੇ ਬਣਾਈ ਗਈ ਵੀਡੀਓ ਵਿੱਚ ਕੀਤਾ ਗਿਆ ਹੈ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ। ਉਹ ਵੀਡੀਓ ਦੇਖਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਿੱਖ ਇਤਿਹਾਸ ਦੇ ਇੱਕ ਹੋਰ ਵਡਮੁੱਲੇ ਹੀਰੇ ਬਾਰੇ ਜਾਣਕਾਰੀ ਮਿਲ ਸਕੇ। ਅਤੇ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਇਸ ਚੈਨਲ 'ਤੇ ਆਉਣ ਵਾਲੀਆਂ ਸਿੱਖ ਧਰਮ ਨਾਲ ਰਿਲੇਟਡ ਵੀਡੀਓਜ਼ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ। ਹੁਣ ਗੱਲ ਕਰਦੇ ਹਾਂ ਉਸ ਸਮੇਂ ਦੀ ਜਦੋਂ ਉਹਨਾਂ ਕਰੜੇ ਹਾਲਾਤਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਨਾ ਪਿਆ। ਜਦੋਂ ਗੁਰੂ ਜੀ ਕਿਲ੍ਹਾ ਛੱਡ ਕੇ ਜਾਣ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਚੁੱਪ ਚਪੀਤੇ ਕਿਲ੍ਹਾ ਨਹੀਂ ਛੱਡਾਂਗੇ, ਨਹੀਂ ਤਾਂ ਇਹ ਲੋਕ ਸਮਝਣਗੇ ਕਿ ਸਿੱਖਾਂ ਦਾ ਗੁਰੂ ਡਰ ਗਿਆ ਹੈ ਤੇ ਕਿਲ੍ਹਾ ਛੱਡ ਕੇ ਚਲਾ ਗਿਆ। ਸਰਦ ਰੁੱਤ ਦੀ ਉਹ ਸ਼ਾਂਤ ਰਾਤ ਵਿੱਚ ਗੁਰੂ ਜੀ ਨੇ ਕਿਲ੍ਹੇ ਦੀ ਮਮਟੀ ਤੋਂ ਉੱਚੀ ਆਵਾਜ਼ ਵਿੱਚ 3 ਵਾਰ ਤਾੜੀ ਮਾਰੀ ਤੇ ਕਿਹਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜਿਸ ਵਿੱਚ ਹਿੰਮਤ ਹੈ ਆ ਕੇ ਫੜਨਾ ਚਾਹੁੰਦਾ ਹੈ ਤਾਂ ਫੜ ਲਵੇ। ਇਹ ਸੁਣਦੇ ਸਾਰ ਹੀ ਮੁਗਲ ਸਿਪਾਹੀ ਹਰਕਤ ਵਿੱਚ ਆ ਗਏ ਤੇ ਇਸੇ ਮੌਕੇ ਦੀ ਭਾਲ ਵਿੱਚ ਤਾਂ ਉਹ ਕਈ ਚਿਰ ਤੋਂ ਕਰ ਰਹੇ ਸਨ। ਗੜੀ ਤੋਂ ਬਾਹਰ ਆਉਂਦਿਆਂ ਹੀ ਮੁਗਲਾਂ ਨੇ ਗੁਰੂ ਜੀ ਤੇ ਉਹਨਾਂ ਦੇ ਨਾਲ ਆਏ 3 ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਫਿਰ ਤੋਂ ਗਹਿ ਗੱਚ ਲੜਾਈ ਹੋਈ। ਇਸੇ ਹਫੜਾ ਦਫੜੀ ਵਿੱਚ ਗੁਰੂ ਜੀ ਦੇ 3 ਸਿੰਘ ਉਹਨਾਂ ਤੋਂ ਅੱਡ ਹੋ ਗਏ। ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਗੁਰੂ ਜੀ ਜੰਗੇ ਮੈਦਾਨ ਵਿੱਚੋਂ ਬਾਹਰ ਆ ਗਏ ਤੇ ਤੁਰਦੇ ਤੁਰਦੇ ਮਾਛੀਵਾੜੇ ਪਹੁੰਚ ਗਏ ਤੇ ਪਿੰਡ ਦੇ ਬਾਹਰ ਵਾਰ ਇੱਕ ਬਾਗ ਵਿੱਚ ਚਲੇ ਗਏ। ਇਹ ਬਾਗ ਗੁਲਾਬੇ ਮਸੰਦ ਦਾ ਸੀ ਤੇ ਬਾਗ ਵਿੱਚ ਰਟਾਂ ਵਾਲਾ ਖੂਹ ਵੀ ਸੀ, ਜਿਸ ਨੂੰ ਕਿ ਹਰ ਰੋਜ਼ ਬਾਗ ਦਾ ਮਾਲੀ ਚਲਾ ਕੇ ਬਾਗ ਨੂੰ ਪਾਣੀ ਦਿੰਦਾ ਸੀ। ਗੁਰੂ ਜੀ ਨੇ ਬਾਗ ਤੋਂ ਇੱਕ ਟਿੰਡ ਖੋਲ੍ਹ ਕੇ ਜਲ ਛਕਿਆ ਤੇ ਸਰਾਣੇ ਟਿੰਡ ਰੱਖ ਕੇ ਤੇ ਕਮਰ ਕੱਸੇ ਵਾਲਾ ਕੱਪੜਾ ਖੋਲ੍ਹ ਕੇ ਹੇਠਾਂ ਵਿਛਾ ਕੇ ਬਿਰਾਜਮਾਨ ਹੋ ਗਏ। ਪੋਹ ਦੀ ਉਹ ਕੜਕਦੀ ਸਵੇਰ ਜਦੋਂ ਠੰਡ ਹੱਡਾਂ ਨੂੰ ਚੀਰਦੀ ਜਾਂਦੀ ਸੀ ਤੇ ਗੁਰੂ ਜੀ ਨੰਗੇ ਪੈਰੀ ਝਾੜੀਆਂ ਨਾਲ ਅੜਨ ਕਾਰਨ ਉਹਨਾਂ ਦਾ ਚੋਲਾ ਵੀ ਕੁਝ ਥਾਵਾਂ ਤੋਂ ਫਟ ਗਿਆ ਸੀ, ਫਿਰ ਵੀ ਉਹ ਪਰਮਾਤਮਾ ਦੀ ਭਗਤੀ ਵਿੱਚ ਲੀਨ ਬਿਲਕੁਲ ਅਡੋਲ ਸਨ। ਕੁਝ ਸਮੇਂ ਬਾਅਦ ਗੁਰੂ ਜੀ ਤੋਂ ਵਿਛੜੇ 3 ਸਿੰਘ ਉਸੇ ਬਾਗ ਵਿੱਚ ਉਹਨਾਂ ਨੂੰ ਆ ਮਿਲੇ। ਪਿਛਲੇ ਸਮਿਆਂ ਵਿੱਚ ਘੜੀਆਂ ਜਾਂ ਨਕਸ਼ੇ ਤਾਂ ਨਹੀਂ ਹੁੰਦੇ ਸਨ, ਬਸ ਤਾਰਿਆਂ ਦੀ ਦਿਸ਼ਾ ਦੇਖ ਕੇ ਹੀ ਰਾਹਾਂ ਦਾ ਪਤਾ ਲੱਗਦਾ ਸੀ। ਗੜੀ ਛੱਡਣ ਤੋਂ ਪਹਿਲਾਂ ਗੁਰੂ ਜੀ ਨੇ ਸਿੰਘਾਂ ਨੂੰ ਦੱਸਿਆ ਸੀ ਕਿ ਜੇ ਕਿਧਰੇ ਵਿਛੜ ਜਾਓ ਤਾਂ ਤਾਰੇ ਦੀ ਸੇਧ 'ਤੇ ਚੱਲਦੇ ਰਹਿਣਾ ਤਾਂ ਇੱਕ ਥਾਂ 'ਤੇ ਆ ਕੇ ਮਿਲ ਜਾਵਾਂਗੇ। ਇੱਧਰ ਮਾਲੀ ਨੇ ਗੁਰੂ ਜੀ ਨੂੰ ਪਛਾਣ ਲਿਆ ਤੇ ਜਾ ਕੇ ਗੁਲਾਬੇ ਮਸੰਦ ਨੂੰ ਗੁਰੂ ਜੀ ਬਾਰੇ ਦੱਸਿਆ ਕਿ ਗੁਰੂ ਜੀ ਉਸ ਦੇ ਬਾਗ ਵਿੱਚ ਨੇ। ਗੁਲਾਬਾ ਉਸੇ ਵੇਲੇ ਬਾਗ ਵਿੱਚ ਆ ਗਿਆ ਤੇ ਗੁਰੂ ਜੀ ਤੇ ਉਹਨਾਂ ਦੇ ਸਿੰਘਾਂ ਨੂੰ ਆਪਣੇ ਘਰ ਲਿਜਾਣ ਦੀ ਬੇਨਤੀ ਕੀਤੀ। ਗੁਰੂ ਜੀ ਤੇ 3 ਸਿੰਘ ਉਹਨਾਂ ਦੇ ਨਾਲ ਚਲੇ ਗਏ।
ਉਸਨੇ ਉਹਨਾਂ ਦੀ ਰੱਜ ਕੇ ਸੇਵਾ ਕੀਤੀ। ਮੁਗਲ ਫੌਜ ਪਿੰਡ ਪਿੰਡ ਗੁਰੂ ਜੀ ਨੂੰ ਬੁਰੀ ਤਰ੍ਹਾਂ ਲੱਭ ਰਹੀ ਸੀ। ਇਸ ਕਾਰਨ ਗੁਲਾਬਾ ਮਸੰਦ ਥੋੜਾ ਚਿੰਤਤ ਸੀ। ਉਸਨੇ ਗੁਰੂ ਜੀ ਤੇ ਸਿੰਘਾਂ ਨੂੰ ਆਪਣੇ ਘਰ ਦੇ ਤਹਿਖਾਨੇ ਵਿੱਚ ਠਹਿਰਾਇਆ। ਗੁਰੂ ਜੀ ਗੁਲਾਬੇ ਦੀ ਚਿੰਤਾ ਸਮਝ ਗਏ ਤਾਂ ਉਹਨਾਂ ਨੇ ਇਸੇ ਪਿੰਡ ਵਿੱਚ ਰਹਿੰਦੇ ਦੋ ਭਰਾ ਨਬੀ ਖਾਂ ਤੇ ਗਨੀ ਖਾਂ, ਜੋ ਕਿ ਘੋੜਿਆਂ ਦਾ ਵਪਾਰ ਕਰਦੇ ਸਨ, ਉਹਨਾਂ ਨੂੰ ਬੁਲਾ ਭੇਜਿਆ। ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਣ ਦੇ ਬਾਵਜੂਦ ਵੀ ਗੁਰੂ ਜੀ ਉਹਨਾਂ ਨੂੰ ਅਕਸਰ ਮਿਲਦੇ ਸਨ। ਉਹ ਗੁਰੂ ਜੀ ਵਾਸਤੇ ਦੂਰੋਂ ਦੂਰੋਂ ਵਧੀਆ ਵਧੀਆ ਘੋੜੇ ਲੱਭ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਉਹ ਘੋੜੇ ਵੇਚਦੇ ਸਨ। ਗੁਰੂ ਜੀ ਨੇ ਉਹਨਾਂ ਦੋਵਾਂ ਨੂੰ ਬੁਲਾਵਾ ਭੇਜਿਆ ਤਾਂ ਉਹ ਤੁਰੰਤ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਉਹਨਾਂ ਨੇ ਗੁਰੂ ਜੀ ਦੀ ਹਰ ਪ੍ਰਕਾਰ ਨਾਲ ਸਹਾਇਤਾ ਕਰਨ ਦਾ ਵਚਨ ਦਿੱਤਾ। ਉਸ ਸਮੇਂ ਮੁਸਲਮਾਨਾਂ ਵਿੱਚ ਉੱਚ ਦੇ ਪੀਰ ਦੀ ਬੜੀ ਮਹੱਤਤਾ ਸੀ। ਉੱਚ ਦਾ ਪੀਰ ਖੁੱਲ੍ਹੀ ਦਾੜ੍ਹੀ, ਨੀਲਾ ਵਸਤਰ ਪਹਿਨਦਾ ਸੀ ਤੇ ਸਿਰ ਦੇ ਵਾਲਾਂ ਨੂੰ ਵੀ ਖੁੱਲ੍ਹਾ ਹੀ ਰੱਖਦਾ ਸੀ। ਅਕਸਰ ਉਹ ਨੇੜੇ ਦੇ ਪਿੰਡਾਂ ਵਿੱਚ ਲੋਕਾਂ ਦੇ ਘਰ ਜਾਂਦੇ ਸਨ ਤੇ ਲੋਕ ਉਹਨਾਂ ਦਾ ਬੜਾ ਆਦਰ ਸਤਿਕਾਰ ਕਰਦੇ ਸਨ। ਇਸੇ ਤਰ੍ਹਾਂ ਨਬੀ ਖਾਂ ਤੇ ਗਨੀ ਖਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਅੱਗੇ ਦਾ ਸਫ਼ਰ ਤੈਅ ਕਰਨ ਬਾਰੇ ਸੋਚਿਆ ਤੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਪਲੰਘ ਉੱਤੇ ਬਿਠਾ ਕੇ ਮਾਛੀਵਾੜੇ ਤੋਂ ਦੂਰ ਕਿਸੇ ਸੁਰੱਖਿਅਤ ਸਥਾਨ ਵੱਲ ਤੁਰ ਪਏ। ਪਲੰਘ ਦੇ ਦੋਵੇਂ ਅਗਲੇ ਪਾਸੇ ਨਬੀ ਖਾਂ ਤੇ ਗਨੀ ਖਾਂ ਤੇ ਦੋਵੇਂ ਪਿਛਲੇ ਪਾਸੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਸਨ ਤੇ ਭਾਈ ਦਇਆ ਸਿੰਘ ਜੀ ਨੂੰ ਹੱਥ ਵਿੱਚ ਮੋਰ ਪੰਖ ਫੜਾ ਦਿੱਤਾ, ਜੋ ਉਹ ਗੁਰੂ ਜੀ ਤੇ ਚਲਾਉਣ ਲੱਗੇ। ਮਾਛੀਵਾੜੇ ਤੋਂ ਜਦੋਂ ਤੁਰੇ ਤਾਂ ਰਸਤੇ ਵਿੱਚ ਉਹ ਲੋਕਾਂ ਨੂੰ ਇਹ ਦੱਸਦੇ ਗਏ ਕਿ ਪਲੰਘ ਉੱਤੇ ਉੱਚ ਦੇ ਪੀਰ ਬਿਰਾਜਮਾਨ ਨੇ। ਮਾਛੀਵਾੜੇ ਤੋਂ ਤੁਰ ਕੇ ਉਹ ਘੁੰਗਰਾਲੀ ਪਿੰਡ ਗਏ ਤੇ ਰਾਤ ਇੱਥੇ ਵਿਸ਼ਰਾਮ ਕੀਤਾ ਤੇ ਅਗਲੇ ਦਿਨ ਪਿੰਡ ਲੱਲ ਵੱਲ ਤੁਰ ਪਏ। ਇੱਥੇ ਪਿੰਡ ਦੇ ਬਾਹਰ ਵਾਰ ਮੁਗਲ ਅਧਿਕਾਰੀਆਂ ਨੇ ਗੁਰੂ ਜੀ ਤੇ ਉਹਨਾਂ ਦੇ ਸਿੰਘਾਂ ਨੂੰ ਰੋਕ ਲਿਆ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿਤੇ ਪਲੰਘ ਤੇ ਬੈਠਿਆ ਹੋਇਆ ਇਹ ਗੁਰੂ ਗੋਬਿੰਦ ਸਿੰਘ ਹੀ ਤਾਂ ਨਹੀਂ ਜੋ ਉੱਚ ਦਾ ਪੀਰ ਬਣਿਆ ਹੋਇਆ ਹੈ, ਤੇ ਜੇਕਰ ਇਹ ਗੁਰੂ ਗੋਬਿੰਦ ਸਿੰਘ ਹੋਇਆ ਤਾਂ ਸਾਨੂੰ ਇਸ ਨੂੰ ਫੜ ਲੈਣਾ ਚਾਹੀਦਾ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੁਝ ਸਵਾਲ ਕੀਤੇ ਜੋ ਗੁਰੂ ਜੀ ਨੇ ਉਹਨਾਂ ਨੂੰ ਫਾਰਸੀ ਭਾਸ਼ਾ ਵਿੱਚ ਹੀ ਜਵਾਬ ਦਿੱਤੇ। ਪਰ ਮੁਗਲ ਅਧਿਕਾਰੀ ਇਹ ਜਾਣਦੇ ਸਨ ਕਿ ਜੇਕਰ ਇਹ ਗੁਰੂ ਜੀ ਹੀ ਹੋਏ ਤਾਂ ਉਹਨਾਂ ਕੋਲੋਂ ਪਹਿਚਾਣੇ ਨਾ ਗਏ ਤਾਂ ਸਾਡਾ ਫੌਜਦਾਰ ਸਾਨੂੰ ਕਦੇ ਮਾਫ਼ ਨਹੀਂ ਕਰੇਗਾ, ਕਿਉਂਕਿ ਸਾਡੇ ਹੱਥੋਂ ਗੁਰੂ ਜੀ ਨੂੰ ਫੜਨ ਦਾ ਵੱਡਾ ਮੌਕਾ ਨਿਕਲ ਜਾਵੇਗਾ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਸਾਡੇ ਇੱਥੇ ਰੁਕ ਕੇ ਸਾਡੇ ਨਾਲ ਭੋਜਨ ਛਕੋ। ਗੁਰੂ ਜੀ ਨੇ ਕਿਹਾ ਕਿ ਮੈਂ ਚਿੱਲਾ ਲਿਆ ਹੋਇਆ ਹੈ, ਭਾਵ ਮੇਰਾ ਉਪਵਾਸ ਹੈ, ਇਸ ਲਈ ਮੈਂ ਕੁਝ ਨਹੀਂ ਖਾ ਸਕਦਾ, ਪਰ ਮੇਰੇ ਮੁਰੀਦ ਇੱਥੇ ਭੋਜਨ ਜ਼ਰੂਰ ਛਕਣਗੇ। ਅਜਿਹਾ ਹੀ ਹੋਇਆ। ਇੰਨੇ ਸਮੇਂ ਵਿੱਚ ਉਹਨਾਂ ਅਧਿਕਾਰੀਆਂ ਨੇ ਨੇੜੇ ਦੇ ਪਿੰਡ ਵਿੱਚੋਂ ਇੱਕ ਕਾਜੀ ਪੀਰ ਮੁਹੰਮਦ ਨੂੰ ਬੁਲਾ ਭੇਜਿਆ ਤਾਂ ਕਿ ਉਹ ਗੁਰੂ ਜੀ ਨੂੰ ਪਛਾਣ ਸਕੇ ਕਿ ਇਹ ਸੱਚਮੁੱਚ ਹੀ ਉੱਚ ਦਾ ਪੀਰ ਹੈ। ਇਸ ਕਾਜੀ ਨੇ ਗੁਰੂ ਜੀ ਨੂੰ ਬਚਪਨ ਵਿੱਚ ਫਾਰਸੀ ਭਾਸ਼ਾ ਦੀ ਪੜ੍ਹਾਈ ਕਰਵਾਈ ਸੀ। ਉਹ ਕਾਜੀ ਗੁਰੂ ਜੀ ਨੂੰ ਦੇਖ ਕੇ ਝੱਟ ਹੀ ਪਛਾਣ ਗਿਆ ਤੇ ਉਸਨੇ ਮੁਗਲ ਅਧਿਕਾਰੀਆਂ ਨੂੰ ਕਿਹਾ ਕਿ ਹਾਂ, ਮੈਂ ਇਹਨਾਂ ਨੂੰ ਜਾਣਦਾ ਹਾਂ, ਇਹ ਮੇਰੇ ਵੀ ਪੀਰ ਨੇ, ਇਸ ਲਈ ਇਹਨਾਂ ਨੂੰ ਜਾਣ ਦਿੱਤਾ ਜਾਵੇ। ਇਸੇ ਤਰ੍ਹਾਂ ਗੁਰੂ ਜੀ ਕੁਝ ਹੋਰ ਪਿੰਡਾਂ ਵਿੱਚੋਂ ਸਫ਼ਰ ਤੈਅ ਕਰਦੇ ਹੋਏ ਜਗਰਾਵੇਂ ਤੇ ਜੱਟਪੁਰਾ ਵੀ ਪਹੁੰਚਦੇ ਨੇ, ਜਿੱਥੇ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਮਿਲਦੀ ਹੈ। ਇਸ ਸਭ ਦਾ ਜ਼ਿਕਰ ਕਰਾਂਗੇ ਅਸੀਂ ਆਉਣ ਵਾਲੀ ਨਵੀਂ ਵੀਡੀਓ ਵਿੱਚ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਤਾਂ ਇਸ ਨੂੰ ਹੋਰਾਂ ਨਾਲ ਸ਼ੇਅਰ ਕਰਨਾ ਤੇ ਇਸ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਦੇਣਾ। ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ।